ਗੁਰਬਾਣੀ ਦੀ ਮਲਕੀਅਤ ਤਾਂ ਰੂਹਾਨੀ ਗੁਰਬਾਣੀ ਆ, ਰੱਬੀ ਗੁਰਬਾਣੀ ਆ ਰਹੀ ਆ। ਇਹ ਸੰਗਤ ਦਾ ਸਾਰਾ ਹੱਕ ਬਣਦਾ। ਪੀ ਟੀ ਸੀ ਕੌਣ ਹੁੰਦੀ ਹੈ ਇੱਥੇ ਆਪਣੀ ਮਲਕੀਅਤ ਕਰਨ ਵਾਲੀ? ਪੀ ਟੀ ਸੀ ਨੂੰ ਹੱਕ ਹੀ ਨੇ ਦਿੱਤੇ ਐਚ ਪੀ ਸੀ ਨੇ, ਪਰ ਦਿੱਤੇ ਕਿਤੇ ਕਰਕੇ? ਉਹ ਤਾਂ ਬਾਦਲਾਂ ਕਰਕੇ ਨਾ। ਅਸਲੀ ਤਾਂ ਜ਼ਿੰਮੇਵਾਰ ਬਾਦਲ ਹੀ ਆ। 90% ਮੈਂਬਰ ਐਸ ਜੀ ਪੀ ਸੀ ਦੇ ਵੀ ਇਸ ਗੱਲ 'ਤੇ ਔਖੇ ਹੋਣਗੇ ਕਿ ਜੀ ਅਸੀਂ ਇਹ ਗੁਰਬਾਣੀ ਦੀ ਮਲਕੀਅਤ ਕਿਉਂ ਕਿਸੇ ਨੂੰ ਦੇ ਰਹੇ ਹਾਂ, ਪਰ ਉਹ ਬੋਲ ਨਹੀਂ ਸਕਦੇ ਬਾਦਲਾਂ ਦੇ ਡਰ ਦੇ ਮਾਰੇ। ਇਹ ਜੋ ਬਿਲਕੁਲ ਧਰਮ ਦੇ ਐਚ ਜੀ ਪੀ ਸੀ ਦੇ ਇਖਤਿਆਰ ਦੇ ਵਿੱਚ ਬਿਲਕੁਲ ਪੰਜਾਬ ਸਰਕਾਰ ਨਹੀਂ ਕਰ ਸਕਦੀ, ਨਾ ਭਾਰਤ ਸਰਕਾਰ, ਨਾ ਪਾਰਲੀਮੈਂਟ। ਜਿਹੜਾ ਇਹ ਕਹਿਣਾ, ਜਿਹੜਾ ਐਸ ਜੀ ਪੀ ਸੀ ਦਾ ਕਹਿਣਾ ਕਿ ਜੀ ਪੰਜਾਬ ਸਰਕਾਰ ਨਹੀਂ ਕਰ ਸਕਦੀ, ਭਾਰਤ ਸਰਕਾਰ ਕਰ ਸਕਦੀ ਹੈ, ਨਹੀਂ ਕਰ ਸਕਦੀ ਭਾਰਤ ਸਰਕਾਰ ਵੀ ਨਹੀਂ ਕਰ ਸਕਦੀ, ਇਹ ਸਿੱਖਾਂ ਦਾ ਅਤੇ ਭਾਰਤ ਸਰਕਾਰ ਦਾ ਸਮਝੌਤਾ, ਸਿੱਖਾਂ ਦਾ ਅਤੇ ਭਾਰਤ ਸਰਕਾਰ ਦਾ ਸਮਝੌਤਾ। ਕੋਈ ਵੀ ਅਮੈਂਡਮੈਂਟ ਇਹਦੇ 'ਚ ਹੋਏਗੀ ਉਹ ਐਸ ਜੀ ਪੀ ਸੀ ਅਤੇ ਸਿੱਖ ਕੌਮ ਨੂੰ ਪੁੱਛ ਕੇ ਹੋਏਗੀ। 10 ਤਰੀਕ ਨੂੰ ਰਾਤ ਸ਼ਾਮ ਨੂੰ ਮੈਨੂੰ ਕਈਆਂ ਨੇ ਮੀਡੀਆ ਵਾਲੇ ਪੁੱਛਿਆ ਕਿ ਜੀ ਨਵਾਂ ਐਕਟ ਆ ਰਿਹਾ, ਮੈਂ ਕਹਾ ਆ ਨਹੀਂ ਸਕਦਾ। ਕਹਿੰਦੇ ਕਿਉਂ? ਮੈਂ ਕਿਹਾ ਐਕਟ ਪਾਸ ਜਿਹੜਾ ਡਰਾਫਟ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਐਕਟ ਡਰਾਫਟ ਕਰਨਾ ਬਹੁਤ ਔਖਾ ਕੰਮ ਆ, ਕਈ ਕਈ ਮਹੀਨੇ ਲੱਗ ਜਾਂਦੇ ਆ ਐਕਟ ਡਰਾਫਟ ਕਰਨ ਨੂੰ। ਇਹ ਸਾਲ ਤੁਹਾਨੂੰ ਦੇਖੋ, ਜਦੋਂ ਪਹਿਲਾਂ ਇਹਨਾਂ ਨੇ ਕਿਹਾ ਇਹਨੂੰ, ਅਸੀਂ ਵੀ ਸਭ ਨੇ ਸਪੋਰਟ ਕੀਤਾ, ਸਾਰੇ ਸਪੋਰਟ ਕਰ ਰਹੇ ਸੀ, ਪਰ ਜਿਸ ਤਰੀਕੇ ਨਾਲ ਇਹ ਅਮੈਂਡਮੈਂਟ ਕਰਤੀ ਨਾ ਪੰਜਾਬ ਸਰਕਾਰ ਨੇ, ਉਹ ਇਹਨਾਂ ਨੇ ਬਹੁਤ ਇੱਕ ਖਤਰਨਾਕ ਪਰੰਪਰਾ ਸੈੱਟ ਕਰਤੀ ਹੈ। ਪਹਿਲੀ ਗੱਲ, ਜੋ ਕਾਪੀਰਾਈਟ ਹੁੰਦਾ ਨਾ ਉਹ ਮਲਕੀਅਤ ਹੁੰਦੀ ਹੈ। ਪੀ ਟੀ ਸੀ ਨੇ ਇਹਦੇ 'ਤੇ ਕਾਪੀਰਾਈਟ ਕਲੇਮ ਕੀਤਾ, ਉਹ ਬਹੁਤ ਹੀ ਗਲਤ ਗੱਲ ਸੀ। ਬਲਕਿ ਕੁਛ ਚੈਨਲਾਂ ਨੇ ਗੁਰਬਾਣੀ ਦਿਖਾਈ, ਇਹ ਗੱਲ ਹੀ ਉੱਥੋਂ ਸ਼ੁਰੂ ਹੋਈ ਆ। ਕੁਛ ਚੈਨਲਾਂ ਨੇ ਗੁਰਬਾਣੀ ਦਿਖਾਈ, ਉਹ ਪੀ ਟੀ ਸੀ ਨੇ ਉੱਤੇ ਕਾਪੀਰਾਈਟ ਕਲੇਮ ਕਰਕੇ ਉਹਨਾਂ ਨੂੰ ਨੋਟਿਸ ਦਿੱਤੇ, ਉਹ ਬੰਦ ਕਰਾਤੀ, ਉੱਥੋਂ ਇਹ ਗੱਲ ਫਿਰ ਸ਼ੁਰੂ ਹੋਈ। ਹੁਣ ਇਹ ਕਾਪੀਰਾਈਟ ਦਾ ਮਤਲਬ ਹੀ ਨਹੀਂ, ਕਾਪੀਰਾਈਟ ਦਾ ਮਤਲਬ ਕਿ ਮਲਕੀਅਤ। ਇਹ ਮਲਕੀਅਤ ਐਚ ਪੀ ਸੀ ਦੀ ਨਹੀਂ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਗੁਰਬਾਣੀ ਦੇ ਰਾਈਟ ਨੂੰ ਲੈ ਕੇ ਚਰਚਾ ਖੜੀ ਹੋਈ, ਕਿਉਂਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਇੱਕ ਅਮੈਂਡਮੈਂਟ ਲਿਆਂਦੀ ਗਈ, ਤਾਂ ਉਦੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਖੜੀਆਂ ਹੋਈਆਂ ਕਿ ਆਖਿਰਕਾਰ ਇਹ ਫੈਸਲਾ ਇਸ ਤਰ੍ਹਾਂ ਦੇ ਨਾਲ ਨਹੀਂ ਸੀ ਹੋਣਾ ਚਾਹੀਦਾ, ਉਹਦਾ ਵੇ ਆਊਟ ਹੋਰ ਹੋਣਾ ਚਾਹੀਦਾ ਸੀਗਾ। ਐਚ ਐਸ ਫੂਲਕਾ ਨੇ ਸਾਡੇ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਲਾਇਰ ਨੇ, ਅਤੇ ਆਖਿਰਕਾਰ ਸਿੱਖ ਮਸਲਿਆਂ ਨੂੰ ਲੈ ਕੇ ਵੀ ਆਪਦੀਆਂ ਚਿੰਤਾਵਾਂ ਜਤਾਉਂਦੇ ਰਹਿੰਦੇ ਹਨ ਲਗਾਤਾਰ। ਫੂਲਕਾ ਸਾਹਿਬ, ਜਿਸ ਤਰ੍ਹਾਂ ਦੇ ਨਾਲ ਚਿੰਤਾ ਤੋਂ ਤੁਸੀਂ ਵੀ ਜ਼ਾਹਰ ਕਰੀ ਕਿ ਗੁਰਬਾਣੀ ਜਿਹੜਾ ਕੋਈ ਰਾਈਟ ਨਹੀਂ ਹੋਣੇ ਚਾਹੀਦੇ, ਕਿਉਂਕਿ ਉਹ ਤਾਂ ਗੁਰੂ ਦੀ ਬਾਣੀ ਆ, ਹਰ ਕਿਸੇ ਦੇ ਜਿਹੜਾ ਕਿ ਸੁਣ ਸਕਦਾ ਹੈ, ਅਤੇ ਉਹਦੇ ਉੱਤੇ ਕਿਸੇ ਦੀ ਮਲਕੀਅਤ ਨਹੀਂ ਹੋਣੀ ਚਾਹੀਦੀ। ਪਰ ਜਿਸ ਤਰ੍ਹਾਂ ਦੇ ਨਾਲ ਇਹ ਰਸਤਾ ਅਪਣਾਇਆ ਗਿਆ, ਕਿਉਂ ਤੁਹਾਨੂੰ ਲੱਗਦਾ ਵੀ ਆਖਰ ਇਸ ਰਸਤੇ ਦੇ ਜ਼ਰੀਏ ਨਹੀਂ ਗੁਰਬਾਣੀ ਫ੍ਰੀ ਹੋਣੀ ਚਾਹੀਦੀ? ਪਹਿਲੀ ਗੱਲ, ਜੋ ਕਾਪੀਰਾਈਟ ਹੁੰਦਾ ਨਾ ਉਹ ਮਲਕੀਅਤ ਹੁੰਦੀ ਹੈ। ਪੀ ਟੀ ਸੀ ਨੇ ਇਹਦੇ 'ਤੇ ਕਾਪੀਰਾਈਟ ਕਲੇਮ ਕੀਤਾ, ਉਹ ਬਹੁਤ ਹੀ ਗਲਤ ਗੱਲ ਸੀ। ਬਲਕਿ ਕੁਛ ਚੈਨਲਾਂ ਨੇ ਗੁਰਬਾਣੀ ਦਿਖਾਈ, ਇਹ ਗੱਲ ਹੀ ਉੱਥੋਂ ਸ਼ੁਰੂ ਹੋਈ ਆ। ਕੁਛ ਚੈਨਲਾਂ ਨੇ ਗੁਰਬਾਣੀ ਦਿਖਾਈ, ਉਹ ਪੀ ਟੀ ਸੀ ਨੇ ਉੱਤੇ ਕਾਪੀਰਾਈਟ ਕਲੇਮ ਕਰਕੇ ਉਹਨਾਂ ਨੂੰ ਨੋਟਿਸ ਦਿੱਤੇ, ਉਹ ਬੰਦ ਕਰਾਤੀ, ਉੱਥੋਂ ਇਹ ਗੱਲ ਫਿਰ ਸ਼ੁਰੂ ਹੋਈ। ਹੁਣ ਇਹ ਕਾਪੀਰਾਈਟ ਦਾ ਮਤਲਬ ਹੀ ਨਹੀਂ, ਕਾਪੀਰਾਈਟ ਦਾ ਮਤਲਬ ਕਿ ਮਲਕੀਅਤ। ਇਹ ਮਲਕੀਅਤ ਤਾਂ ਐਚ ਪੀ ਸੀ ਦੀ ਨਹੀਂ, ਗੁਰਬਾਣੀ ਤਾਂ ਐਚ ਪੀ ਸੀ ਦੀ ਮਲਕੀਅਤ ਆ, ਉਹ ਤਾਂ ਉੱਥੇ ਸਿਰਫ ਮੈਨੇਜ ਕਰਨ ਲਈ, ਪ੍ਰਬੰਧ ਕਰਨ ਲਈ ਬੈਠੇ ਆ। ਗੁਰਬਾਣੀ ਦੀ ਮਲਕੀਅਤ ਤਾਂ ਰੂਹਾਨੀ ਗੁਰਬਾਣੀ ਆ, ਰੱਬੀ ਗੁਰਬਾਣੀ ਆ ਰਹੀ ਆ। ਇਹ ਸੰਗਤ ਦਾ ਸਾਰਾ ਹੱਕ ਬਣਦਾ। ਪੀ ਟੀ ਸੀ ਕੌਣ ਹੁੰਦੀ ਹੈ ਅਤੇ ਆਪਣੀ ਮਲਕੀਅਤ ਕਰਨ ਵਾਲੀ? ਅਤੇ ਜੇ ਉਹਨਾਂ ਕੋਲ ਮਲਕੀਅਤ ਨਹੀਂ ਤਾਂ ਅੱਗੇ ਪੀ ਟੀ ਸੀ, ਜੋ ਐਚ ਜੀ ਪੀ ਸੀ ਕੋਲ ਮਲਕੀਅਤ ਨਹੀਂ ਹੈ ਤਾਂ ਅੱਗੇ ਪੀ ਟੀ ਸੀ ਨੂੰ ਕਿਵੇਂ ਦੇ ਦੇਣਗੇ ਮਲਕੀਅਤ? ਤਾਂ ਮਲਕੀਅਤ ਦਾ ਤਾਂ ਮਤਲਬ ਹੀ ਨਹੀਂ, ਪਹਿਲੀ ਗੱਲ ਇਹ। ਹੁਣ ਪਰ ਹਾਲਤ ਜਿਹੜੀ ਖੜੀ ਕਰਤੀ ਨਾ ਇਹ ਸਾਲ, ਤੁਹਾਨੂੰ ਦੇਖੋ, ਜਦੋਂ ਪਹਿਲਾਂ ਇਹਨਾਂ ਨੇ ਕਿਹਾ ਇਹਨੂੰ, ਅਸੀਂ ਵੀ ਸਭ ਨੇ ਸਪੋਰਟ ਕੀਤਾ, ਸਾਰੇ ਸਪੋਰਟ ਕਰ ਰਹੇ ਸੀ, ਪਰ ਜਿਸ ਤਰੀਕੇ ਨਾਲ ਇਹ ਅਮੈਂਡਮੈਂਟ ਕਰਤੀ ਨਾ ਪੰਜਾਬ ਸਰਕਾਰ ਨੇ, ਉਹ ਇਹਨਾਂ ਨੇ ਬਹੁਤ ਇੱਕ ਖਤਰਨਾਕ ਪਰੰਪਰਾ ਸੈੱਟ ਕਰਤੀ ਹੈ। ਦੇਖੋ, ਜਦੋਂ ਇਹ 20 ਤਰੀਕ ਨੂੰ ਇਹ ਅਸੈਂਬਲੀ 'ਚ ਬਿੱਲ ਆਉਣਾ ਸੀ, 19 ਤਰੀਕ ਨੂੰ ਤੱਕ ਹੀ, 20 ਤਰੀਕ ਨੂੰ ਸਵੇਰ ਤੱਕ ਪਤਾ ਨਹੀਂ ਸੀ ਤੁਹਾਨੂੰ, ਕਿਸੇ ਨੂੰ ਪਤਾ ਸੀ 20 ਤਰੀਕ ਨੂੰ ਸਵੇਰੇ? 11 ਵਜੇ ਉਹਦੀ ਕਾਪੀ ਆਈ, 10 ਵਜੇ ਤੱਕ ਇਹ ਹੀ ਨਹੀਂ ਸੀ ਪਤਾ ਕਿ ਨਵਾਂ ਐਕਟ ਆ ਰਿਹਾ ਜਾਂ ਨਵਾਂ ਬਿੱਲ ਆ ਰਿਹਾ। 10 ਤਰੀਕ ਨੂੰ ਰਾਤ ਸ਼ਾਮ ਨੂੰ ਮੈਨੂੰ ਕਈਆਂ ਨੇ ਮੀਡੀਆ ਵਾਲੇ ਨੇ ਪੁੱਛਿਆ ਕਿ ਜੀ ਨਵਾਂ ਐਕਟ ਆ ਰਿਹਾ, ਮੈਂ ਕਹਾ ਹੀ ਨਹੀਂ ਸਕਦਾ। ਕਹਿੰਦੇ ਕਿਉਂ? ਮੈਂ ਕਿਹਾ ਐਕਟ ਪਾਸ ਜਿਹੜਾ ਡਰਾਫਟ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਐਕਟ ਡਰਾਫਟ ਕਰਨਾ ਬਹੁਤ ਔਖਾ ਕੰਮ ਆ, ਕਈ ਕਈ ਮਹੀਨੇ ਲੱਗ ਜਾਂਦੇ ਆ ਐਕਟ ਡਰਾਫਟ ਕਰਨ ਨੂੰ। ਮੈਂ ਕਿਹਾ ਇਹ ਤਾਂ ਸਿਰਫ ਅਮੈਂਡਮੈਂਟ ਆ ਸਕਦੀ ਹੈ, 1 ਪੇਜ ਦੀ ਆਊਗੀ, 2 ਲਾਈਨਾਂ ਦੀ ਹੋਊਗੀ, ਅਤੇ ਉਹੀ ਉਹ ਗੱਲ ਮਤਲਬ ਕਿ ਆਪਣੇ ਸਿਰਫ ਨੇ ਤੁਹਾਨੂੰ ਦੱਸਿਆ। ਹੁਣ 11 ਵਜੇ ਜਾ ਕੇ ਪਤਾ ਚੱਲਿਆ ਜੀ ਹੈ ਕੀ, ਅਤੇ ਤੁਸੀਂ 12:30 ਵਜੇ ਤੁਸੀਂ ਪਾਸ ਵੀ ਕਰਤਾ, ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ, ਅਤੇ ਮਤਲਬ ਕਿ ਸਿਰਫ ਇਸ ਕਰਕੇ ਕਿ ਜੀ ਅਸੀਂ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਲੋਕਾਂ ਨੇ ਚੁਣ ਕੇ ਭੇਜਿਆ। ਇਹ ਜੋ ਬਿਲਕੁਲ ਧਰਮ ਦੇ ਐਚ ਈ ਪੀ ਸੀ ਦੇ ਇਖਤਿਆਰ ਦੇ ਵਿੱਚ ਬਿਲਕੁਲ ਪੰਜਾਬ ਸਰਕਾਰ ਨਹੀਂ ਕਰ ਸਕਦੀ, ਨਾ ਭਾਰਤ ਸਰਕਾਰ, ਨਾ ਪਾਰਲੀਮੈਂਟ। ਜਿਹੜਾ ਇਹ ਕਹਿਣਾ, ਜਿਹੜਾ ਐਚ ਜੀ ਪੀ ਸੀ ਦਾ ਕਹਿਣਾ ਕਿ ਜੀ ਪੰਜਾਬ ਸਰਕਾਰ ਨਹੀਂ ਕਰ ਸਕਦੀ, ਭਾਰਤ ਸਰਕਾਰ ਕਰ ਸਕਦੀ ਹੈ, ਨਹੀਂ ਕਰ ਸਕਦੀ ਭਾਰਤ ਸਰਕਾਰ ਵੀ ਨਹੀਂ ਕਰ ਸਕਦੀ, ਇਹ ਸਿੱਖਾਂ ਦਾ ਅਤੇ ਭਾਰਤ ਸਰਕਾਰ ਦਾ ਸਮਝੌਤਾ, ਸਿੱਖਾਂ ਦਾ ਅਤੇ ਭਾਰਤ ਸਰਕਾਰ ਦਾ ਸਮਝੌਤਾ। ਕੋਈ ਵੀ ਅਮੈਂਡਮੈਂਟ ਇਹਦੇ 'ਚ ਹੋਏਗੀ ਉਹ ਐਚ ਜੀ ਪੀ ਸੀ ਅਤੇ ਸਿੱਖ ਕੌਮ ਨੂੰ ਪੁੱਛ ਕੇ ਹੋਏਗੀ, ਉਹਨਾਂ ਦੀ ਅਪਰੂਵਲ ਨਾਲ ਹੋਏਗੀ। ਇਹ ਸਮਝੌਤਾ ਜਦੋਂ ਤੋਂ ਐਕਟ ਬਣਿਆ 1925 ਤੋਂ, ਉਦੋਂ ਤੋਂ ਸਾਰੀਆਂ ਸਰਕਾਰਾਂ ਨੇ, ਅੰਗਰੇਜ਼ਾਂ ਦੇ ਵੇਲੇ ਵੀ ਅਤੇ ਅੰਗਰੇਜ਼ਾਂ ਤੋਂ ਬਾਅਦ ਵੀ,
पर देखिए फुलका साहब जिहड़ा हुण तक रहे लगातार जिवें तुसीं कहा वी तुसीं वी इस चीज़ की सपोर्ट करते सीगे वी कोई राइट इस तरह के नहीं होने चाहिए, दूजे पासे देखिए कि विरोध भी लखा होईगे, पर उहदे नाल नाल इह सीगा वी स्टैप तां अज तक कोई भी नहीं चक पाया हैगा, तुसीं वी लख विरोध करते रहे पर स्टैप क्योंकि सरकारां दे काम ने कि स्टैप चकने, जे स्टैप चके ने तो फिर असी वो ठीक है भी तुसीं जिवें कहा वी तरीका होर हो सकता वे आउट होर हो सकता पर चकना तो पौगा उहदे बिना तो नहीं देखा जाए, अज तक रौला तो पैंदा आया पर हल नहीं कोई आया। देखो गल ये आ ए रोंग थिंग डन इन ए राइट थिंग डन इन ए रोंग वे बिकम्स रोंग इतने हुई है, जो इन्होंने वो परंपरा सी वो परंपरा की उलंघना करती है, जिहड़ी परंपरा के सिखां तों ते SGPC तों पुछे बिना अमेंडमेंट नहीं होएगी, वो जिहड़ी परंपरा ओदी उलंघना करती एक हुण कल नूं जे असीं अज ये मन लिया एक बार मन लिया कल नूं कोई सरकार चाहे वह सेंटर की सरकार है तो चाहे पंजाब की सरकार है कदे भी SGPC नूं तो सिखां नूं कंसल्ट नहीं करेगी, अपनी मर्जी नाल अमेंडमेंट करेगी। तुसीं एक चीज़ समझण की कोशिश करो, मैं सहे तो नहीं पहे तो डरदा, पंजाबी दी कहावत आ, मैं अज इस अमेंडमेंट तो नहीं डरदा, मैं कल नूं जो आने वाली खदसे आ ना आने वाले वो चिंता मैनू इहदे च फिक्रमंद कर रही आ, मैं उन्हां चीज़ों तो डरदा। अज ये सिर्फ एक मोनोपोली चैनल की खत्म करने के वास्ते तुसीं कर रहे हो, कल नूं किसे सरकार ने तुहानूं कंसल्ट नहीं करना, अपनी मर्जी नाल अमेंडमेंट करनियां। पर इहदे च वी फुलका साहब देखा जावे कि कल नूं हुण ठीक है वी तुसीं आपदे वल्लों सुजैशन दित्ता गा, पर दूजे पासे देखा जावे हुण जिहड़ा हरियाणा च जिवें अलग बन गई HSGPC बन गई वह तो इदू भी ज़्यादा फिर बोल्ड स्टैप सीगा देखा जावे, तां कुछ भी नहीं उहदे मूहरे ना। हरियाणा सरकार ने पूरी तरह इस समझौते नूं लागू किया, हरियाणा सरकार ने जो SGPC दे मैंबर सी 13 मैंबरां चों 9 मैंबर उन्होंने वो एक्ट नूं अपरूव किया, ਉਹੀ ਐਕਟ ਪਾਸ ਕੀਤਾ। SGPC ਤਾਂ ਹੁਣ ਵੀ ਆਪਣੇ ਪੰਜਾਬ 'ਚ ਤਾਂ ਇਹ ਤਾਂ ਹੁਣ ਵੀ ਨਹੀਂ ਮੰਨ ਰਹੇ, ਇਹ ਤਾਂ ਕਹਿੰਦੇ ਨੇ ਵੀ ਹਜੇ ਵੀ ਸਾਡੇ ਮੈਂਬਰ ਉੱਧਰ ਹੈਗੇ ਨੇ, ਸਾਡੇ ਨਾਲ ਧੱਕਾ ਕੀਤਾ ਗਿਆ। ਇਹ ਚਲੋ ਇਹਨਾਂ ਦੇ ਮੰਨਣ ਦੀ ਕੋਈ ਮੰਨਣ ਨਾ ਮੰਨਣ ਉਹ ਦੂਜੀ ਗੱਲ ਆ, ਨਹੀਂ ਮੰਨ ਰਹੇ ਬਟ ਹਰਿਆਣਾ ਸਰਕਾਰ ਨੇ ਜਦੋਂ ਉਹਨੇ ਹੁੱਡਾ ਨੇ ਕਿਹਾ ਉਹਨਾਂ ਨੇ ਜੋ ਉਹ 9 ਮੈਂਬਰਾਂ ਨੇ ਅਪਰੂਵ ਕੀਤਾ ਸਿਰਫ ਉਹੀ ਪਾਸ ਕੀਤਾ, ਇਹ ਜਿਹੜਾ ਸਮਝੌਤਾ ਸੀ ਨਾ ਵੱਡੀ ਗੱਲ ਆ। ਹੁਣ SGPC ਅੱਜ ਕਹੀ ਜਾਂਦੀ ਹੈ ਜੀ ਸੈਂਟਰ ਪੰਜਾਬ ਸਰਕਾਰ ਨਹੀਂ ਕਰ ਸਕਦੀ, ਸੈਂਟਰ ਸਰਕਾਰ ਕਰ ਸਕਦੀ ਹੈ, ਮਤਲਬ ਕਿ ਉਸ ਮੈਂ ਤਾਂ ਕਹਿੰਦਾ ਸੈਂਟਰ ਵੀ ਨਹੀਂ ਕਰ ਸਕਦੀ, ਇਹ ਸਮਝੌਤੇ ਦੇ ਖਿਲਾਫ ਕੋਈ ਸਰਕਾਰ ਵੀ ਨਹੀਂ ਕਰ ਸਕਦੀ। ਅੱਜ ਜੇਕਰ ਅਸੀਂ ਇਹ ਗੱਲ ਮੰਨ ਲਈ ਤਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਆਪਣੀਆਂ ਮਰਜ਼ੀਆਂ ਨਾਲ ਇਹ ਸਮਝੌਤੇ ਅਮੈਂਡਮੈਂਟਾਂ ਕਰੇਗੀ। ਕੱਲ੍ਹ ਨੂੰ ਇੰਟੈਲੀਜੈਂਸ ਏਜੰਸੀਆਂ ਬੜੀ ਦੇਰ ਤੋਂ ਕਹਿ ਰਹੀਆਂ ਕਿ ਜੀ ਇਹ 'ਚ ਅਮੈਂਡਮੈਂਟ ਕਰ ਦਿਓ ਕਿ ਜੇਕਰ ਦਰਬਾਰ ਸਾਹਿਬ 'ਚ ਸਰਕਾਰ ਦੇ ਮੁਤਾਬਕ ਕੋਈ ਇਲੀਗਲ ਐਕਟੀਵਿਟੀ ਹੋਈ ਤਾਂ SGPC ਡਿਸੋਲਵ ਕਰਕੇ ਸਰਕਾਰ 5 ਸਿੱਖਾਂ ਦਾ ਵੋਟ ਬਣਾ ਦੇਗੀ ਜਾਂ 21 ਸਿੱਖਾਂ ਦਾ ਵੋਟ ਬਣਾ ਦੇਗੀ, ਫਿਰ ਤਾਂ ਤੁਸੀਂ ਕਿਵੇਂ ਅਪੋਜ਼ ਕਰੋਗੇ ਜੀ ਕੱਲ੍ਹ ਨੂੰ? ਇਸ ਸਾਹਿਬ ਜਿਹੜੀ ਮਿਆਰ ਬਣ ਚੁੱਕਾ ਹੈ ਕਿਉਂਕਿ ਹਰੇਕ ਚੀਜ਼ ਦਾ ਇੱਕ ਮਿਆਰ ਹੁੰਦਾ ਹੈ, ਪਰ ਮਿਆਰ ਜਿਹੜਾ SGPC ਨੂੰ ਲੈ ਕੇ ਅੱਜ ਬਣ ਚੁੱਕਿਆ ਜਿਵੇਂ ਤੁਸੀਂ ਆਪ ਹੀ ਕਹਿੰਦੇ ਹੋ ਵੀ ਉਹ ਜੇ ਬੇਭਰੋਸਗੀ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਖਾਸ ਤੌਰ 'ਤੇ ਜੇ ਕਿਹਾ ਜਾਵੇ ਖੜੀ ਹੋਈ ਹੈ, ਜਿਹਦੇ ਵਿੱਚ ਬਾਦਲ ਦਾ ਵੀ ਵਿਰੋਧ ਨਾਲ ਹੁੰਦਾ ਅਤੇ ਦੂਜੇ ਪਾਸੇ SGPC ਨੂੰ ਲੈ ਕੇ ਵੀ ਜਿਸ ਤਰ੍ਹਾਂ ਦਾ ਉਹਨਾਂ ਨੇ ਭਰੋਸਾ ਖੋਇਆ, ਤੁਹਾਨੂੰ ਲੱਗਦਾ ਵੀ ਜੇ ਹੁਣ ਜਿਵੇਂ ਕਿਹਾ ਜਾਂਦਾ ਵੀ ਸਰਕਾਰ ਵੀ ਜਦੋਂ SGPC ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਅਮੈਂਡਮੈਂਟ ਜਾਂ ਐਕਟ ਜਦੋਂ ਬਣਾਉਂਦੀ ਹੈ ਭਾਰਤ ਸਰਕਾਰ ਵੀ, ਦੂਜੇ ਪਾਸੇ ਤੁਸੀਂ ਉਦਾਹਰਣ ਦਿੱਤਾ ਮਾਸਟਰ ਤਾਰਾ ਸਿੰਘ ਹੋਣਾ ਦਾ, ਤਾਰਾ ਸਿੰਘ ਹੋਣੇ ਤਾਂ ਜੇ ਕਿਹਾ ਜਾਵੇ ਜੀ ਉਹਨਾਂ ਦੀ ਜਦੋਂ ਜ਼ਿਕਰ ਹੁੰਦਾ ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਉਹ ਤਾਂ ਇਹੋ ਜਿਹੇ ਲੋਕ ਸੀ ਵੀ ਜਿਹੜੇ ਆਪਦੀ ਗੱਡੀ ਤੱਕ ਨਹੀਂ ਇਹਨਾਂ ਦੇ ਸੀ ਯੂਜ਼ ਕਰਦੇ ਹੁੰਦੇ, ਅਤੇ ਤੁਹਾਨੂੰ ਲੱਗਦਾ ਵੀ ਇਹ SGPC ਉਹਨਾਂ ਦੇ ਮੁਕਾਬਲੇ ਖੜੀ ਹੈ ਕਿ? ਗੱਲ ਤਾਂ ਮੈਂ ਤਾਂ ਉਹੀ ਤਾਂ ਮੈਂ ਕਿਹਾ ਪਹਿਲਾਂ ਵੀ, ਮੈਂ ਕਿਹਾ ਸਾਡੀ ਪੀੜ੍ਹੀ ਦੇ ਵਿੱਚ ਨਿਘਾਰਾ ਆ ਭਾਈ, ਮੇਰੀ ਪੀੜ੍ਹੀ ਜੋ ਸਾਡੀ ਪੀੜ੍ਹੀ ਆ ਉਹ ਜ਼ਿੰਮੇਵਾਰ ਆ ਇਹ ਨਿਘਾਰ ਦੇ ਵਾਸਤੇ, ਅਸੀਂ ਆਪਣੇ ਬੱਚਿਆਂ ਨੂੰ ਅੱਗੇ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ ਇਹ ਨਿਘਾਰ ਦੇ ਕੇ ਜਾ ਰਹੇ ਹਾਂ, ਉਹੀ ਗੱਲ ਮੈਂ ਕਹੀ ਆ। ਪਰ ਅੱਜ ਮੈਂ ਤੁਹਾਨੂੰ ਕਹਿ ਰਿਹਾ ਅੱਜ ਦੇਖੋ ਇਹ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਹੁਣ ਤੱਕ ਐਕਟ ਬਚਾ ਕੇ ਰੱਖਿਆ, ਹੁਣ ਤੱਕ ਇਹ ਚੀਜ਼ ਬਚਾ ਕੇ ਰੱਖੀ ਆ, ਅੱਜ ਇੱਕ ਛੋਟੀ ਜਿਹੀ ਚੀਜ਼ ਅਚੀਵ ਕਰਨ ਵਾਸਤੇ ਅਸੀਂ ਇਹ ਵੱਡੀ ਵੱਡਾ ਆਪਣੀ ਗਲੇ ਪਾ ਲਈ ਨਾ ਇਹ ਵੱਡੀ ਮੁਸੀਬਤ, ਅਤੇ ਉਦੋਂ ਬਾਅਦ ਹੁਣ ਤਾਂ ਅੱਜ ਤਾਂ ਰੋਂਦੇ ਹਾਂ ਪਿੱਟਾਂਗੇ ਫਿਰ ਬੈਠ ਕੇ, ਮਤਲਬ ਕਿ ਗੱਲ ਬਾਦਲਾਂ ਨੇ ਬਿਲਕੁਲ ਗਲਤ ਕੀਤਾ, ਬਾਦਲਾਂ ਨੇ ਗਲਤੀ ਕੀਤੀ, ਪਰ ਉਹ ਪਰ ਹੁਣ ਹੋਇਆ ਕਿ ਜਿਹੜੇ ਆਪਣੇ 90% ਦੇਖੋ ਸਿੱਖ ਬਾਦਲਾਂ ਦੇ ਖਿਲਾਫ ਆ, ਅੱਜ ਜਿਹੜੇ ਬਾਦਲਾਂ ਦੇ ਖਿਲਾਫ ਉਹ ਸੋਚਦੇ ਆ ਕਿ ਜੀ ਫਿਕਸ ਕਰਤਾ ਜੀ ਬਾਦਲਾਂ ਨੂੰ, ਫਿਕਸ ਹੋਇਆ ਬਾਦਲ, ਬਾਦਲ ਤਾਂ ਆਕਸੀਜਨ ਮਿਲ ਗਈ, ਬਾਦਲ ਤਾਂ ਖੜ੍ਹੇ ਹੋ ਗਏ ਦੂਜੀ ਅੱਡ, ਉਹਨਾਂ ਕੋਲ ਤਾਂ ਮੁੱਦਾ ਨਹੀਂ ਸੀ, ਕੋਈ ਮੁੱਦਾ ਹੀ ਨਹੀਂ ਸੀ ਬਾਦਲ, ਹੁਣ 4 ਦਿਨ ਦੇ ਦੇਖੋ ਬਾਦਲ ਤਾਂ ਪੂਰੇ ਚੌੜੇ ਫਿਰਦੇ ਆ, ਉਹ ਤਾਂ ਪੂਰੇ ਸਿੱਖ ਧਰਮ 'ਚ ਇੰਟਰਫੇਸ, ਸਿੱਖ ਧਰਮ ਬਾਦਲ ਤਾਂ ਮੁੱਦਾ ਮਿਲ ਗਿਆ, ਬਾਦਲ ਦਾ ਕੋਈ ਨੁਕਸਾਨ ਨਹੀਂ ਇਹਦੇ 'ਚ ਉਹਦੇ 'ਚ, ਅਤੇ ਇਹ ਤਾਂ ਇਹ ਜਿਹੜੀ ਗੱਲ ਸੀ ਇਹ ਮੈਂ ਇਸੇ ਕਰਕੇ ਬੇਨਤੀ ਕੀਤੀ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਉਹਨੂੰ ਐਕਟ ਨੂੰ ਰੋਕੋ, ਉਸ ਨੂੰ ਰੋਕ ਲਓ, ਉਸ ਨੂੰ ਅੱਗੇ ਨਾ ਕਰੋ ਪਰਸਿਊ, ਲੋਕਾਂ ਨੂੰ ਕਹਿ ਦਿਓ ਕਿ ਜੇ ਮਹੀਨੇ ਵਾਸਤੇ ਅਸੀਂ ਰੋਕ ਰਹੇ ਹਾਂ, ਲੋਕਾਂ ਨੂੰ ਮੈਂ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਅਕਾਲੀ ਦਲ ਲੀਡਰਾਂ ਨੂੰ ਆਪਣੇ ਪਿੰਡਾਂ 'ਚ ਕਹਿ ਦਿਓ ਕਿ ਜੇ ਤੁਸੀਂ ਭਾਈ ਇਹ ਗੁਰਬਾਣੀ ਦੀ ਮਲਕੀਅਤ ਖਤਮ ਨਾ ਕੀਤੀ ਨਾ ਅਸੀਂ ਤੁਹਾਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ, ਇਹ ਤਰੀਕਾ ਇਹਨੂੰ ਕਰਨ ਦਾ ਨਾ ਕਿ ਜਿਹੜਾ ਅਸੀਂ ਸਾਡਾ ਪੁਸ਼ਤਾਂ ਨੇ ਜੋ ਬਚਾ ਕੇ ਰੱਖਿਆ
ਇਹ ਆਪਣਾ ਹੱਕ ਬਚਾ ਕੇ ਰੱਖਿਆ ਅਸੀਂ ਉਹ ਹੱਕ ਗਵਾ ਕੇ ਅਗਲੀ ਪੀੜ੍ਹੀ ਨੂੰ ਆਪਣੀ ਦੇ ਦਈਏ ਕੱਲ ਨੂੰ ਸੈਂਟਰ ਸਰਕਾਰ ਕਿਤੇ ਆਵੇ ਆ ਕੇ ਤੁਹਾਡੇ ਇਹ ਆਪਣੇ ਵਿੱਚ 50 ਮੈਂਬਰ ਨੋਮੀਨੇਟ ਕਰਦੇ ਇਹਦੇ ਵਿੱਚ ਕਰਦੇ ਕੱਲ ਨੂੰ ਕਹੇ ਜੀ ਇੱਥੇ ਤਾਂ ਐਕਟੀਵਿਟੀ ਗਲਤ ਹੋ ਰਹੀ ਆ ਜੀ ਇਸ ਸਰਕਾਰ ਵੋਟ ਬਣਾਵੇਗੀ ਜਿਵੇਂ ਵਕ ਵੋਟ ਸਰਕਾਰ ਬਣਾਉਂਦੀ ਆ ਕੀ ਕਰੋਗੇ ਫਿਰ ਉੱਥੇ ਕੀ ਕਰੋਗੇ ਉੱਥੇ ਤਾਂ ਇਹ ਚੀਜ਼ ਨੂੰ ਸਮਝੋ ਅੱਜ ਛੋਟੇ ਗੇਨ ਵਾਸਤੇ ਵੱਡੀ ਖਤਰਾ ਮੁੱਲ ਨਾ ਲਓ ਲਾਸਟ ਸਵਾਲ ਫੁਲਕਾ ਸਾਹਿਬ ਇਹ ਸਾਰਾ ਜਿਹੜਾ ਪ੍ਰਕਰਨ ਹੋਇਆ ਜਿਵੇਂ ਕਹੀਏ ਕਿ ਹੁਣ ਚਲੋ ਇਹ ਸਰਕਾਰ ਨੇ ਇਹ ਫੈਸਲਾ ਲਿਆ ਤੁਸੀਂ ਉਹਦਾ ਵੀ ਇੱਕ ਰਾਹ ਦੱਸਿਆ ਵੀ ਇਸ ਤਰ੍ਹਾਂ ਦੇ ਨਾਲ ਕਰਨਾ ਚਾਹੀਦਾ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਸਾਰੇ ਹਾਲਾਤ ਬਣ ਕਿਉਂ ਗਏ ਕੀ ਸਿਰਫ ਇੱਕ ਬਾਦਲਾਂ ਦੀ ਸਿਆਸਤ ਗਲਤ ਰਹੀ ਜਾਂ SGPC ਦਾ ਉੱਥੇ ਰੋਲ ਸਹੀ ਨਹੀਂ ਹੋਇਆ ਜੇ ਆਲ ਓਵਰ ਆਪਾਂ ਜੱਜ ਕਰਨਾ ਹੋਵੇ ਨਹੀਂ ਨਹੀਂ ਗੱਲ ਤਾਂ ਰੋਲ ਤਾਂ SGPC ਦਾ ਸਹੀ ਨਹੀਂ ਹੈ ਬਿਲਕੁਲ PTC ਨੂੰ ਹੱਕ ਹੀ ਨਹੀਂ ਦਿੱਤੇ SGPC ਨੇ ਪਰ ਦਿੱਤੇ ਕਿਤੇ ਕਰਕੇ ਉਹ ਤਾਂ ਬਾਦਲਾਂ ਕਰਕੇ ਨਾ ਅਸਲੀ ਤਾਂ ਜ਼ਿੰਮੇਵਾਰ ਬਾਦਲ ਹੀ ਆ PTC ਨੂੰ ਵੀ ਜੇ ਕ੍ਰਿਪਲ ਕੀਤਾ ਪਿਆ ਅੱਜ ਤੱਕ ਅੱਜ ਮੈਨੂੰ ਪਤਾ ਕਿ 90% ਮੈਂਬਰ PTC ਦੇ ਵੀ ਇਸ ਗੱਲ 'ਤੇ ਔਖੇ ਹੋਣਗੇ ਕਿ ਅਸੀਂ ਇਹ ਕਿਉਂ ਸੋਰੀ SGPC ਦੇ 90% ਮੈਂਬਰ SGPC ਦੇ ਵੀ ਇਸ ਗੱਲ 'ਤੇ ਔਖੇ ਹੋਣਗੇ ਕਿ ਜੀ ਅਸੀਂ ਇਹ ਗੁਰਬਾਣੀ ਦੀ ਮਲਕੀਤ ਕਿਉਂ ਕਿਸੇ ਨੂੰ ਦੇ ਰਹੇ ਹਾਂ ਪਰ ਉਹ ਬੋਲ ਨਹੀਂ ਸਕਦੇ ਬਾਦਲਾਂ 'ਤੇ ਡਰਦੇ ਮਾਰੇ ਜ਼ਿੰਮੇਵਾਰ ਤਾਂ ਬਾਦਲ ਨੇ ਨਾ ਇਹਦੇ ਬਹੁਤ ਬਹੁਤ ਧੰਨਵਾਦ ਅਤੇ ਖੈਰ ਇਸ ਮਸਲੇ ਨੂੰ ਲੈ ਕੇ ਚਸ ਫੂਲਕਾ ਨੇ ਆਪਦੀ ਇੱਕ ਰਾਏ ਰੱਖੀ ਹੈ ਕਿ ਸਰਕਾਰ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਇਸ ਫੈਸਲੇ ਨੂੰ ਅੱਗੇ ਵਧਾਉਣਾ ਚਾਹੀਦਾ ਪਰ ਦੂਜੇ ਪਾਸੇ ਗੱਲ ਇਹ ਵੀ ਮਿਆਰ ਜਦੋਂ ਕਿਸੇ ਵੀ ਸੰਸਥਾ ਨੂੰ ਲੈ ਕੇ ਕੱਲੇ SGPC ਦੀ ਗੱਲ ਨਹੀਂ ਕਰਾਂਗੇ ਕਿਸੇ ਵੀ ਸੰਸਥਾ ਨੂੰ ਲੈ ਕੇ ਜਦੋਂ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਸਮੇਂ ਦਰ ਸਮੇਂ ਜੇਕਰ ਉਹਨਾਂ ਚੀਜ਼ਾਂ ਨੂੰ ਲੈ ਕੇ ਸੁਧਾਰ ਨਾ ਹੋਣ ਤਾਂ ਫਿਰ ਆਖਿਰਕਾਰ ਨੂੰ ਵੱਡੀ ਪਰੇਸ਼ਾਨੀ ਵੀ ਕੋਈ ਆ ਸਕਦੀ ਹੈ ਜਿਵੇਂ ਕਿ HS ਫੂਲਕਾ ਜਿਤਾ ਰਹੇ ਨੇ ਸੀਨੀਅਰ ਵੀਡੀਓ ਇੰਡਸਟਰੀ ਵਿਦੇਸ਼ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਕਸਮੈਨ TV ਚੰਡੀਗੜ੍ਹ।